अज बठिंडा दे फेयरवेड चौंक विखे 15 अगस्त नूं देखदे होए पुलिस वल्लों कीता गया एक फलैग मार्च। दस दईए कि जिवें जिवें 15 अगस्त का त्यौहार नेड़े आ रहा है उसी तरह ही बठिंडा पुलिस भी दिनों दिन सख्त होंदी जा रही है। अज उन्हां वल्लों बठिंडा दे विच कई जगह ते नाके लगा के वाहनों की चैकिंग की गई। बठिंडा दे विच एक फलैग मार्च कढ़िया गया, ये तस्वीर तुहानूं दिखा रहे हैं बठिंडा दे फेयरवेड चौंक दीआं जिथे पुलिस वल्लों फलैग मार्च कढ़िया जा रहा है। ਵੱਡੀ ਗਿਣਤੀ ਵਿੱਚ ਸਾਰੇ ਹੀ ਸ਼ਹਿਰ ਦੀਆਂ PCR ਗੱਡੀਆਂ ਇੱਥੇ ਮੰਗਵਾਈਆਂ ਗਈਆਂ ਅਤੇ ਵੱਡੀ ਗਿਣਤੀ ਪੁਲਿਸ ਫੋਰਸ ਇੱਥੇ ਤਾਇਨਾਤ ਕੀਤੀ ਗਈ ਹੈ। ਅਤੇ ਬਠਿੰਡਾ ਪੁਲਿਸ ਵੱਲੋਂ 15 ਅਗਸਤ ਨੂੰ ਦੇਖਦੇ ਹੋਏ ਇੱਕ ਸੀ ਅਣਸੁਖਾਵੀ ਘਟਨਾ ਨੂੰ ਦੇਖਦੇ ਹੋਏ ਇੱਥੇ ਇੱਕ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ। ਬਠਿੰਡਾ ਪੁਲਿਸ ਵੱਲੋਂ ਘੋੜਿਆਂ ਦੇ ਉੱਤੇ ਪੈਦਲ ਚੱਲ ਕੇ ਬਠਿੰਡਾ ਦੀ ਧੋਬੀ ਬਾਜ਼ਾਰ ਅਤੇ ਪੋਸਟ ਆਫਿਸ ਬਾਜ਼ਾਰ ਵਿਧੀ ਇੱਕ ਫਲੈਗ ਮਾਰਚ ਕੱਢਿਆ ਗਿਆ ਅਤੇ SSP ਨੇ ਕਿਹਾ ਕਿ ਜਗ੍ਹਾ ਜਗ੍ਹਾ 'ਤੇ ਸਾਡੇ ਵੱਲੋਂ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਰੂਰਲ ਦੇ ਏਰੀਏ ਦੇ ਬਾਰਡਰ ਏਰੀਏ 'ਚੋਂ IED ਟਿਫਨ IED ਦੇ ਨਾਲ ਹੈਂਡ ਗ੍ਰਨੇਡਸ ਬਰਾਮਦ ਹੋਏ ਸੀਗੇ ਅਤੇ ਜਿਸ ਦੇ ਤਹਿਤ ਚੱਲਦੇ ਹੋਏ ਪੂਰੇ ਸਟੇਟ ਦੇ ਵਿੱਚ ਰੈੱਡ ਅਲਰਟ ਕੀਤਾ ਗਿਆ ਸੀਗਾ 15 ਅਗਸਤ ਨੂੰ ਧਿਆਨ ਵਿੱਚ ਰੱਖਦੇ ਹੋਏ। ਇਸ ਸਿਲਸਿਲੇ ਦੇ ਵਿੱਚ ਅਸੀਂ ਡਿਸਟ੍ਰਿਕਟ ਪੁਲਿਸ ਵੱਲੋਂ ਵੀ ਅੱਜ ਫਲੈਗ ਮਾਰਚ ਕੱਢਿਆ ਗਿਆ ਹੈ ਜੋ ਤੁਹਾਡੇ ਬਾਜ਼ਾਰ ਦੇ ਵਿੱਚ ਵੀ ਹੁੰਦਾ ਹੋਇਆ ਸਾਰੇ ਸ਼ਹਿਰ ਦੇ ਵਿੱਚ ਕੁਛ ਟਾਈਮ ਪੈਦਲ ਫਿਰ ਬਾਅਦ ਦੇ ਵਿੱਚ ਵਹੀਕਲਸ ਦੇ ਰਹੇਗਾ। ਅਸੀਂ ਜਿੰਨੀ ਸਾਡੀ ਡਿਸਟ੍ਰਿਕਟ ਦੀ ਨਫਰੀ ਹੈਗੀ ਉਹ 'ਚੋਂ 90% ਡਿਪਲੋਇਮੈਂਟ ਅਸੀਂ ਕਰ ਰਹੇ ਹੈਗੇ ਹਾਂ ਜੋ ਅਸੀਂ ਸਪੈਸ਼ਲ ਨਾਕਾਬੰਦੀ ਜਾਂ ਸਰਚਿਸ ਵਗੈਰਾ ਜਾਂ ਐਂਟੀਸੈਪਟਲ ਚੈਕਿੰਗ ਰੇਲਵੇ ਸਟੇਸ਼ਨ ਦੀ ਚੈਕਿੰਗ ਬੱਸ ਸਟੈਂਡ ਦੀ ਚੈਕਿੰਗ ਉਹਦੇ ਵਿੱਚ ਸਾਡੇ ਟੋਟਲ 90% ਫੋਰਸ ਨੂੰ ਅਸੀਂ ਯੂਜ਼ ਕਰ ਰਹੇ ਹਾਂ। 15 ਅਗਸਤ ਨੂੰ ਲੈ ਕੇ ਇਸ ਤਰ੍ਹਾਂ ਦੀ ਤਿਆਰੀਆਂ ਕਿੱਥੇ ਮਨਾਇਆ ਜਾਵੇਗਾ? ਦੇਖੋ ਜੀ 15 ਅਗਸਤ ਜਿੱਥੇ ਜਨਰਲੀ ਹੁੰਦਾ ਉੱਥੇ ਮਨਾਇਆ ਜਾਏਗਾ ਬਟ ਤੁਹਾਨੂੰ ਤਿਆਰੀ ਦੇ ਸਿਲਸਿਲੇ ਦੇ ਵਿੱਚ ਉੱਥੇ ਰਿਹਰਸਲਸ ਚੱਲ ਰਹੀਆਂ ਹੈਗੀਆਂ ਨੇ, ਪਰੇਡ ਦੀਆਂ ਰਿਹਰਸਲਸ ਚੱਲ ਰਹੀਆਂ ਹੈਗੀਆਂ ਨੇ। ਬਾਕੀ ਸਿਕਿਉਰਟੀ ਐਂਗਲ ਤੋਂ ਅਸੀਂ ਚੈਕਿੰਗ ਵਗੈਰਾ ਅਸੀਂ ਵਧਾਈ ਹੋਈ ਆ ਆਪਣੀ ਤਾਂ ਕਿ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ। ਹਾਂ ਉਹ ਸਾਰਾ ਕੁਝ ਕਵਰ ਹੁੰਦਾ ਵਿੱਚ ਸਿਕਿਉਰਟੀ ਐਂਗਲ ਤੋਂ। ਜੇ ਤੁਸੀਂ ਚਾਹੁੰਦੇ ਹੋ ਕਿ ਹਰ ਤਰ੍ਹਾਂ ਦੀ ਖਬਰ ਤੁਹਾਡੇ ਤੱਕ ਪਹੁੰਚੇ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਘੰਟੀ ਨੂੰ ਆਲ 'ਤੇ ਕਰੋ।